ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਅਤੇ ਮੈਂ ਸੁਰਿੰਦਰ ਕੰਬੋਜ। ਨਸ਼ਾ ਤਸਕਰੀ ਨੂੰ ਠੱਲ ਪਾਉਂਦਿਆਂ ਹੋਇਆ ਇੱਕ ਵਾਰ ਫਿਰ ਜਲੰਧਰ ਪੁਲਿਸ ਕਮਿਸ਼ਨਰ ਵੱਲੋਂ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ 2.5 ਕਿਲੋ ਦੇ ਕਰੀਬ OPM ਜਿਹੜੀ ਹੈਗੀ ਆ ਉਹ ਆਪਣੇ ਕਬਜ਼ੇ 'ਚ ਲਈ ਹੈ ਅਤੇ ਨਾਲ ਦੀ ਨਾਲ 2 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ ਇਹ ਨਸ਼ਾ ਬਰਾਮਦ ਹੋਇਆ। ਸਾਡੇ ਨਾਲ ਜੁਆਇੰਟ ਕਮਿਸ਼ਨਰ ਸੰਦੀਪ ਸ਼ਰਮਾ ਮੌਜੂਦ ਹੈਗੇ ਨੇ। ਸਰ, ਲਗਾਤਾਰ ਨਸ਼ਾ ਤਸਕਰਾਂ ਦੇ ਉੱਤੇ ਨਕੇਲ ਕੱਸੀ ਜਾ ਰਹੀ ਹੈ ਔਰ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਜਿਹੜਾ ਨਸ਼ਾ ਹੈਗਾ ਉਹ ਬਰਾਮਦ ਕੀਤਾ ਜਾ ਰਿਹਾ, ਪਹਿਲੀ ਗੱਲ ਤਾਂ ਇਹ ਆ ਕਿਵੇਂ ਰਿਹਾ ਪੰਜਾਬ ਦੇ ਵਿੱਚ? ਦੂਸਰੀ ਗੱਲ, ਲਗਾਤਾਰ ਇਸ ਚੀਜ਼ ਨੂੰ ਧਰਪਕੜੇ ਨਾਲ ਹੀ ਨਸ਼ਾ ਤਸਕਰਾਂ ਦੀ ਕੀਤੀ ਜਾ ਰਹੀ ਆ ਔਰ ਹੋਰ ਕਿੰਨੀ ਕੁ ਇਨਵੈਸਟੀਗੇਸ਼ਨ ਹੈਗੀ ਜਾਂ ਕਹਿ ਲਈਏ ਮੁੱਢਲੀ ਪੁੱਛ ਪੜਤਾਲ ਦੇ ਵਿੱਚ ਕੀ ਕੁਛ ਸਾਹਮਣੇ ਆਇਆ ਹੈਗਾ? ਇਹਦੀ ਮਾਨਯੋਗ DGP ਸਾਹਿਬ ਦੀਆਂ ਹਦਾਇਤਾਂ ਅਤੇ CP ਸਾਹਿਬ ਦੀਆਂ ਹਦਾਇਤਾਂ 'ਤੇ ਐਕਸਟਰਾ ਨਾਕਾਬੰਦੀ ਗਸ਼ਤਾਂ ਲਗਾਈਆਂ ਗਈਆਂ ਨੇ ਇਲੈਕਸ਼ਨ ਨੂੰ ਰੱਖਦੇ ਹੋਏ, ਕਿਉਂਕਿ ਇਸ ਸਮੇਂ ਦੇ ਉੱਤੇ ਨਸ਼ਾ ਜ਼ਰੂਰ ਆਉਂਦਾ ਹੁੰਦਾ ਅਤੇ ਉਹ ਫਿਰ ਡਿਸਟ੍ਰੀਬਿਊਟ ਹੁੰਦਾ ਹੁੰਦਾ। ਉਸ ਨੂੰ ਠੱਲ ਪਾਉਣ ਲਈ ਜਿਹੜੀ ਐਕਸਟਰਾ ਚੌਕਸੀ ਵਰਤੀ ਗਈ ਪੁਲਿਸ ਵੱਲੋਂ, ਉਹਦੇ ਤਹਿਤ ਸਾਡੇ ਕੋਲ ਇੱਕ I-20 ਕਾਰ ਦੇ ਵਿੱਚ 2 ਬੰਦੇ ਆ ਰਹੇ ਸੀ ਜਿਨ੍ਹਾਂ ਨੂੰ ਕਾਬੂ ਕਰਕੇ ਉਹਨਾਂ ਤੋਂ 2.5 ਕਿਲੋ ਅਫੀਮ ਬਰਾਮਦ ਕੀਤੀ ਗਈ ਹੈ ਔਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਦਾ ਜਿਹੜਾ ਸੋਰਸ ਦੱਸਿਆ ਜਾ ਰਿਹਾ ਅਜੇ ਤੱਕ ਉਹ ਮੋਸਟ ਪ੍ਰੋਬਲੀ ਸੈਂਟਰਲ ਸਟੇਟਸ ਦਾ ਹੀ ਆ ਰਿਹਾ ਕਿ ਝਾਰਖੰਡ ਸਾਈਡ ਤੋਂ ਹੀ ਕਿਤੋਂ ਲੈ ਕੇ ਆਏ ਨੇ, ਹਾਲੇ ਤਫਤੀਸ਼ ਜਾਰੀ ਹੈ, ਉਹਦੇ 'ਚ ਪੂਰੀ ਡਿਟੇਲ ਸਾਹਮਣੇ ਆਉਣਗੀਆਂ। ਅੱਛਾ, ਇੱਕ ਚੀਜ਼ ਹੋਰ ਹੈ, ਲੈ ਕੇ ਚਲੋ ਝਾਰਖੰਡ ਤੋਂ ਆਏ ਸੀਗੇ ਔਰ ਪੰਜਾਬ ਦੇ ਅੰਦਰ ਐਂਟਰ ਬੜੇ ਆਰਾਮ ਨਾਲ ਹੋ ਜਾਂਦੇ ਕਿਉਂਕਿ ਅਕਸਰ ਦੇਖਿਆ ਗਿਆ। ਦੂਸਰੀ ਗੱਲ ਹੈ, ਇਹ ਸਪਲਾਈ ਜਿਹੜੀ ਦੇਣ ਆਏ ਸੀਗੇ ਕਿਹਨਾਂ ਨੂੰ ਦੇਣੀ ਸੀਗੀ ਜਾਂ ਪਰਟੀਕੁਲਰ ਇੱਕੋ ਹੀ ਸ਼ਖਸ ਸੀਗਾ ਜਿਹਨੂੰ ਇਹ ਦੇਣਾ ਸੀ ਸਮਾਨ? ਨਹੀਂ ਜੀ, ਇਹ ਜਿਹੜਾ ਹਰਜਿੰਦਰ ਸਿੰਘ ਗ੍ਰਿਫਤਾਰ ਕੀਤਾ ਹੈ ਇਹ ਮੇਨਲੀ ਸਪਲਾਇਰ ਹੀ ਹੈ, ਇਹ ਸਾਰੀ ਜਗ੍ਹਾ 'ਤੇ ਸਪਲਾਈ ਕਰਦਾ, ਇਹਦੇ ਕੋਲ ਹੋਰ ਵੀ ਕਈ ਨੇ, ਇਹਦੇ ਉੱਤੇ ਹੀ ਤਫਤੀਸ਼ ਕੰਸਨਟਰੇਟ ਹੋ ਰਹੀ ਹੈ। ਜਿਹੜਾ ਮਨਦੀਪ ਲੋਕਲ ਜਲੰਧਰ ਦਾ ਸੀਗਾ ਉਹਨੇ ਇਹਦੇ ਕੋਲੋਂ ਹੀ 1 ਕਿਲੋ OPM ਲਈ ਹੋਈ ਸੀ, ਉਹਨੂੰ ਡਰੋਪ ਕਰਨ ਹੀ ਜਾ ਰਿਹਾ ਸੀ ਜਦੋਂ ਸਾਡੇ ਕਾਬੂ ਆ ਗਏ। ਔਰ ਜਿਹੜਾ ਮੇਨ ਐਕਿਊਜ਼ਡ ਹੈ ਹਰਜਿੰਦਰ ਸਿੰਘ, ਉਹਦੇ ਕੋਲ 1.5 ਕਿਲੋ ਰਿਕਵਰ ਹੋਈ ਹੈ ਔਰ ਬਾਕੀ ਹਾਲੇ ਹੋਰ ਉਹਨੇ ਕਿੰਨੀ ਮੰਗਾਈ ਸੀ ਅਤੇ ਕਿਤੇ ਕਿਤੇ ਡਿਸਟ੍ਰੀਬਿਊਟ ਕੀਤੀ ਉਹ ਤਫਤੀਸ਼ ਦਾ ਹਿੱਸਾ, ਉਹ 'ਚ ਸਾਰਾ ਕੁਛ ਆਏਗਾ। ਅਤੇ ਇਹਨਾਂ ਦੋਨਾਂ ਜਣਿਆਂ 'ਤੇ ਪਹਿਲਾਂ ਵੀ ਕੋਈ ਮਾਮਲੇ ਦਰਜ ਹੈ ਜਾਂ ਫਸਟ ਟਾਈਮ ਇਹ ਕੀਤਾ ਹੈਗਾ? ਇਹ ਸਾਡੇ ਕੋਲ ਫਸਟ ਟਾਈਮ, ਕਿਉਂਕਿ ਇਹ ਬਾਹਰਲਾ ਹੈ ਜੀ, ਗੁਰਦਾਸਪੁਰ ਦਾ ਰਹਿਣ ਵਾਲਾ ਹਰਜਿੰਦਰ ਸਿੰਘ ਜਿਹੜਾ ਮੇਨ ਤਸਕਰ ਹੈ, ਤਾਂ ਇਸ ਕਰਕੇ ਸਾਡੇ ਉਹਦੇ ਹਾਲੇ ਬੈਕਗਰਾਊਂਡ ਚੈੱਕ ਕਰਨੀ ਹੈ, ਇਹਦੇ 'ਤੇ ਹੋਰ ਕੋਈ ਮਾਮਲਾ ਉੱਥੇ ਦਰਜ ਤਾਂ ਨਹੀਂ ਹੈਗੇ। ਠੀਕ ਹੈ, ਸੋ ਇਸ ਹਨ ਸੰਦੀਪ ਸ਼ਰਮਾ ਜੁਆਇੰਟ ਕਮਿਸ਼ਨਰ, ਜਿਨ੍ਹਾਂ ਨੇ ਪੂਰੀ ਤਰ੍ਹਾਂ ਨਾਲ ਮਾਮਲੇ ਡਿਟੇਲ ਦੱਸੀ ਆ ਵੀ ਕਿਵੇਂ ਕਿੱਥੋਂ ਕਿੱਦਾਂ ਲੈ ਕੇ ਆਏ ਸੀਗੇ ਔਰ ਕਿਸ ਤਰ੍ਹਾਂ ਨਾਲ ਗ੍ਰਿਫਤਾਰ ਕੀਤਾ। ਕੈਮਰਾਮੈਨ ਸੁਖਵਿੰਦਰ ਦੇ ਨਾਲ ਸੁਰਿੰਦਰ ਕੰਬੋਜ, ਦੈਨਿਕ ਸਵੇਰਾ TV ਜਲੰਧਰ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਣੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ TV YouTube, Facebook, Instagram, X ਔਰ WhatsApp ਚੈਨਲ ਪਰ।